ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਇੱਕ ਬੇਨਤੀ ਕਰਨੀ ਹੈ। ਜੋ ਕੱਲ੍ਹ ਦੀ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਇਹ ਪਾਵਨ ਪਵਿੱਤਰ ਅਸਥਾਨ ਛੇਵੇਂ ਪਾਤਸ਼ਾਹ ਜੀ ਦਾ ਮਿਸ਼ਲ ਸ਼ਹੀਦਾਂ ਤਰਨਾ ਦਲ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਤਰਨਾ ਦਲ ਮਹਿਤਾ ਚੌਂਕ, ਜਿਸ ਦੇ ਬਾਨੀ ਪਹਿਲੇ ਜਥੇਦਾਰ ਸੱਚਖੰਡ ਵਾਸੀ ਬਾਬਾ ਗੁਰਦਿੱਤ ਸਿੰਘ ਜੀ ਮਹਾਂਪੁਰਸ਼ਾਂ ਨੇ ਇਹ ਪਾਵਨ ਪਵਿੱਤਰ ਅਸਥਾਨ ਪ੍ਰਗਟ ਕੀਤਾ, ਔਰ ਦਲ ਪੰਥ ਜਥੇਦਾਰ ਬਾਬਾ ਗੁਰਦਿੱਤ ਸਿੰਘ ਜੀ ਮਹਾਂਪੁਰਸ਼ਾਂ ਨੇ ਸਥਾਪਿਤ ਕੀਤੇ, ਜਥੇਬੰਦੀ ਚਲਾਈ, ਜਿਸ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਅਜੀਤ ਸਿੰਘ ਜੀ ਹਨ। ਇਸ ਸਥਾਨ 'ਤੇ ਕੁਦਰਤੀ ਬਾਰਿਸ਼ ਹੋਣ ਦੇ ਕਾਰਨ ਪਾਣੀ ਅੰਦਰ ਆ ਗਿਆ ਸੀ, ਜਿਸ ਦੇ ਵਿੱਚ ਕਿ ਕਿਸੇ ਦਾ ਕੋਈ ਰੋਲ ਨਹੀਂ ਹੈ ਜਾਂ ਕੋਈ ਜਾਣ ਕੇ ਇਹ ਨਹੀਂ ਸੀ ਚਾਹੁੰਦਾ ਕਿ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਪਾਣੀ ਆ ਜਾਵੇ, ਦਰਬਾਰ ਦੇ ਵਿੱਚ ਬਰਸਾਤੀ ਪਾਣੀ ਆ ਜਾਵੇ, ਇਸ ਤਰ੍ਹਾਂ ਦਾ ਕਿਸੇ ਦਾ ਵੀ ਮਨਸੂਬਾ ਨਹੀਂ ਸੀ। ਸੋ ਪਾਣੀ ਆਉਣ ਦੇ ਨਾਲ, ਜ਼ਿਆਦਾ ਪਾਣੀ ਆਉਣ ਕਾਰਨ ਜੋ ਨਗਰ ਦੀਆਂ ਸੰਗਤਾਂ ਨੇ, ਇੱਥੇ ਰਹਿਣ ਵਾਲੇ ਸਿੱਖ ਸੇਵਕ ਹਨ, ਉਹਨਾਂ ਨੇ ਸੰਯੋਗ ਕੀਤਾ ਔਰ ਗੁਰੂ ਸਾਹਿਬ ਜੀ ਦੇ ਜੋ ਪਾਵਨ ਪਵਿੱਤਰ ਸਰੂਪ ਹਨ, ਉਹਨਾਂ ਦੇ ਸੁਖ ਆਸਣ ਕਰਕੇ ਸੱਚਖੰਡ ਦੇ ਵਿੱਚ ਬਿਰਾਜਮਾਨ ਕਰ ਦਿੱਤੇ ਗਏ ਸਨ। ਉਪਰੰਤ ਰਵਾਲੇ ਪਾਲਕੀ ਸਾਹਿਬ 'ਤੇ ਪਾ ਦਿੱਤੇ ਗਏ, ਔਰ ਇਸ ਸਥਾਨ ਦੇ ਨਾਲ ਜੋ ਕਿ ਸ਼ਰਾਰਤੀ ਲੋਕਾਂ ਨੇ ਵੀਡੀਓ ਵਾਇਰਲ ਕੀਤੀ ਹੈ ਕਿ ਸੰਤ ਗਿਆਨੀ ਹਰਨਾਮ ਸਿੰਘ ਜੀ, ਜੋ ਖਾਲਸਾ ਜੀ ਦਮਦਮੀ ਟਕਸਾਲ ਦੇ ਮੁਖੀ ਹਨ, ਉਹਨਾਂ ਨੂੰ ਉਹਨਾਂ ਦਾ ਨਾਮ ਜੋੜਿਆ ਜਾ ਰਿਹਾ ਹੈ, ਜੋ ਕਿ ਇਸ ਸਥਾਨ ਦੇ ਨਾਲ ਮਹਾਂਪੁਰਸ਼ਾਂ ਦਾ ਸਨੇਹ ਹੈ, ਪਿਆਰ ਹੈ। ਬਾਬਾ ਸੁੱਖਾ ਸਿੰਘ ਜੀ ਉਹਨਾਂ ਦੇ ਨਾਲ ਵੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਪਿਆਰ ਰਿਹਾ, ਅਤੇ ਹੁਣ ਵੀ ਜਥੇਬੰਦੀ ਦੇ ਨਾਲ ਬੜਾ ਪਿਆਰ ਹੈ। ਜੋ ਦਮਦਮੀ ਟਕਸਾਲ ਜਥੇਬੰਦੀ ਹੈ ਸਾਧ ਸੰਗਤ ਜੀ, ਉਹ ਵੱਖਰੀ ਹੈ, ਤਰਨਾ ਦਲ ਜਥੇਬੰਦੀ ਉਹ ਵੱਖਰੀ ਹੈ। ਮੌਜੂਦਾ ਮੁਖੀ ਜਥੇਦਾਰ ਬਾਬਾ ਅਜੀਤ ਸਿੰਘ ਜੀ ਹਨ ਇਸ ਪਾਵਨ ਪਵਿੱਤਰ ਅਸਥਾਨ 'ਤੇ। ਮੀਤ ਜਥੇਦਾਰ ਬਾਬਾ ਬੋੜ ਸਿੰਘ ਜੀ ਜਥੇਦਾਰ ਉਹ ਹਨ, ਅਤੇ ਜੋ ਘੋੜਿਆਂ ਦਾ ਦਲ ਪੰਥ ਤਰਨਾ ਦਲ ਮਹਿਤਾ ਚੌਂਕ ਜਥੇਬੰਦੀ ਦਾ ਚੱਲ ਰਿਹਾ ਹੈ, ਉਸ ਘੋੜਿਆਂ ਦੇ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਨਿਹੰਗ ਸਿੰਘ ਹਨ, ਉਹ ਵੀ ਇਸ ਸਥਾਨ ਦੇ ਜਥੇਦਾਰ ਨੇ, ਘੋੜਿਆਂ ਦੇ ਜਥੇਦਾਰ ਹਨ। ਬਾਬਾ ਹਰਨਾਮ ਸਿੰਘ ਜੀ ਦਾ ਨਾਮ ਇਸ ਸਥਾਨ ਦੇ ਨਾਲ ਸ਼ਰਾਰਤੀ ਅੰਸਰਾਂ ਨੇ ਜੋੜਿਆ ਹੈ। ਸੋ ਇੱਥੇ ਕੋਈ ਵੀ ਗੁਰੂ ਸਾਹਿਬ ਜੀ ਦੀ ਕਿਸੇ ਪ੍ਰਕਾਰ ਦੀ ਬੇਅਦਬੀ ਨਹੀਂ ਹੋਈ। ਸਾਧ ਸੰਗਤ ਜੀ, ਦੇਖੋ ਗੁਰੂ ਸਾਹਿਬ ਜੀ ਦਾ ਸੋਹਣਾ ਦਰਬਾਰ ਸੱਜਿਆ, ਕੁਝ ਸਮੇਂ ਦੇ ਵਿੱਚ ਹੀ ਨਗਰ ਦੀਆਂ ਸੰਗਤਾਂ ਦੇ ਨਾਲ ਇਕੱਠੀਆਂ ਹੋ ਕੇ ਉਹ ਪਾਣੀ ਤਕਰੀਬਨ ਇੱਕ ਘੰਟੇ ਤੋਂ ਪਹਿਲਾਂ ਸਾਰਾ ਸਮਰਸੀਬਲ ਮੋਟਰਾਂ ਲਾ ਕੇ ਬਾਹਰ ਕਰ ਦਿੱਤਾ ਗਿਆ, ਅਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸੱਚਖੰਡ ਵਿਖੇ ਸੁਭਾਏਮਾਨ ਕਰ ਦਿੱਤੇ ਗਏ, ਬਿਰਾਜਮਾਨ ਕਰ ਦਿੱਤੇ ਗਏ, ਅਤੇ ਪਾਵਨ ਪਵਿੱਤਰ ਅਸਥਾਨ ਦੇ ਸਾਧ ਸੰਗਤ ਜੀ ਦੇਖੋ ਸੋਹਣੀ ਸੇਵਾ ਕੀਤੀ, ਸੋਹਣੇ ਚੰਦੋਏ ਸਾਹਿਬ ਗੁਰੂ ਸਾਹਿਬ ਜੀ ਨੂੰ ਲਗਾਏ, ਸੋਹਣੀ ਦਰਬਾਰ ਦੀ ਵਿਛਾਈ ਕੀਤੀ, ਜੋ ਕਿ ਕੋਈ ਵੀ ਬੇਅਦਬੀ ਦਾ ਕਾਰਨ ਨਹੀਂ ਬਣਦਾ। ਇਹ ਸ਼ਰਾਰਤੀ ਅੰਸਰਾਂ ਨੇ ਸਾਧ ਸੰਗਤ ਜੀ ਇਹ ਖਬਰ ਝੂਠੀ ਫੈਲਾ ਦਿੱਤੀ ਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਸਾਧ ਸੰਗਤ ਜੀ, ਇਸ ਸਥਾਨ 'ਤੇ ਕੋਈ ਬੇਅਦਬੀ ਨਹੀਂ ਹੋਈ ਗੁਰੂ ਸਾਹਿਬ ਜੀ ਦੀ। ਸੋ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਇੱਕ ਧੜੇ ਦੇ ਨਾਲ ਨਾ ਜੁੜ ਕੇ ਗੁਰੂ ਸਾਹਿਬ ਜੀ ਦੇ ਸਿੱਖ ਬਣ ਕੇ ਗ੍ਰੰਥੀ ਸਿੰਘ ਦੇ ਨਾਲ, ਮੈਂ ਸਾਧ ਸੰਗਤ ਜੀ ਇੱਥੋਂ ਦਾ ਗ੍ਰੰਥੀ ਸਿੰਘ ਹਾਂ ਜੋ ਮੈਂ ਇਸ ਵੇਲੇ ਬੋਲ ਰਿਹਾ ਹਾਂ, ਮੇਰੇ ਨਾਲ ਰੱਖ ਕੇ ਸੰਗਤ ਦੇ ਨਾਲ ਰਲ ਕੇ, ਅਤੇ ਸਾਰੀ ਸਫਾਈ ਕਰਵਾਉਂਦੇ, ਪਾਣੀ ਬਾਹਰ ਕਢਵਾਉਂਦੇ, ਦਰਬਾਰ ਦੀ ਸਫਾਈ ਸੇਵਾ ਨਾਲ ਕਰਵਾਉਂਦੇ। ਸੋ ਸਤ ਸੰਗਤ ਜੀ, ਆਪ ਜੀ ਨੂੰ ਸੱਚ ਦੱਸਣਾ ਸੀ ਕਿ ਸ਼ਰਾਰਤੀ ਅੰਸਰਾਂ ਨੇ ਇਹ ਵੀਡੀਓ ਵਾਇਰਲ ਕਰ ਦਿੱਤੀ ਹੈ, ਅਤੇ ਜਿਸ ਦਾ ਕਿ ਕੋਈ ਵੀ ਸਾਰਾ ਝੂਠ ਹੈ, ਕਿਸੇ ਪ੍ਰਕਾਰ ਦਾ ਉਸ ਵੀਡੀਓ ਵਿੱਚ ਸੱਚ ਨਹੀਂ ਹੈ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਇੱਕ ਵੱਖਰੀ ਜਥੇਬੰਦੀ ਹੈ, ਔਰ ਤਰਨਾ ਦਲ ਮਹਿਤਾ ਚੌਂਕ ਇਹ ਵੱਖਰੀ ਜਥੇਬੰਦੀ ਹੈ ਮਹਾਂਪੁਰਸ਼ਾਂ ਦਾ। ਇਸ ਸਥਾਨ ਦੇ ਨਾਲ ਸਨੇਹ ਜ਼ਰੂਰ ਹੈ, ਪਰ ਉਹਨਾਂ ਦਾ ਪ੍ਰਬੰਧ ਦੇ ਵਿੱਚ ਕੋਈ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਨਹੀਂ ਹੈ। ਇੱਥੋਂ ਦੇ ਜਥੇਦਾਰ ਬਾਬਾ ਅਜੀਤ ਸਿੰਘ ਜੀ ਹਨ। ਸੋ ਆਪ ਜੀ ਨੂੰ ਇਹ ਦਰਸ਼ਨ ਕਰਵਾਉਣੇ ਸਨ ਕਿ ਆਪ ਜੀ ਅੱਖੀ ਦੇਖ ਲਓ ਕਿ ਗੁਰਦੁਆਰਾ ਸਾਹਿਬ ਦਾ ਕਿਸੇ ਪ੍ਰਕਾਰ ਦਾ ਕੋਈ ਵੀ ਬੇਅਦਬੀ ਦਾ ਕਾਰਨ ਨਹੀਂ ਹੈ, ਸੋਹਣਾ ਅਸਥਾਨ ਗੁਰੂ ਸਾਹਿਬ ਜੀ ਦਾ ਸੱਜਿਆ ਹੈ। ਸੋ ਆਪ ਸੰਗਤ ਇਹ ਦੇਖ ਰਹੇ ਹੋ, ਸੋ ਇਹ ਸਾਰੀਆਂ ਬੇਨਤੀਆਂ ਆਪ ਸੰਗਤਾਂ ਨੂੰ ਕਰਵਾਉਣੀਆਂ ਸਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।